ਬਾਹਰ ਲਗਾ ਹੈ ਤੇਰੀ ਬਾਹਰ ਦਾ ਇਸ ਦੀ ਵਿੱਚ ਮੌਦਾ ਨਾਲ ਅਦਬ ਦੇ ਅਰਜ਼ ਸੁਣਾਣ ਲਗਾ ਜਿਹੜੀ ਗੱਲ ਤੇਰੇ ਤੋਂ ਮੇਰੀ ਲੁਕੀ ਹੋਈ ਏ ਬਾਰ ਬਾਰ ਕੀ ਮੈਨੂੰ ਆਜ਼ਮਾਣ ਲਗਾ ਏ ਔਰ ਮੇਰੇ ਐਬਾਂ ਨੂੰ ਤੂੰ ਤੇ ਜਾਣਦਾ ਹੀ ਏ ਮੇਰੇ ਐਬਾਂ ਨੂੰ ਤੂੰ ਤੇ ਜਾਣਦਾ ਹੀ ਏ ਕਿਹੜੇ ਐਬ ਮੈਂ ਤੈਥੋਂ ਛੁਪਾਣ ਲਗਾ ਔਰ ਸਿਰਫ ਇਸ ਲਈ ਗੁਨਾਹਗਾਰਾਂ ਮੈਂ ਸਿਰਫ ਇਸ ਲਈ ਗੁਨਾਹਗਾਰਾਂ ਮੈਂ ਇਕੱਠੇ ਕਰ ਮਖਲੂਕ ਨੂੰ ਦੱਸਣਾ ਹੀ ਸ਼ਰਮਸਾਰ ਮੈਂ ਹੋਵਾਂਗਾ ਵਿੱਚ ਮਹਸ਼ਰ ਵੇਖ ਲਈ ਫਰਿਸ਼ਤਿਆਂ ਹੱਸਣਾ ਹੈ ਵੇਖ ਲਈ ਫਰਿਸ਼ਤਿਆਂ ਹੱਸਣਾ ਹੈ ਅਬ ਅਗਲਾ ਸ਼ੇਰ ਬੜੇ ਜ਼ੋਕ ਵਾਲਾ ਹੈ ਉਸਕਾ ਰੱਬ ਕੀ ਰਹਿਮਤ ਪੇ ਯਕੀਨ ਦੇਖੀਏਗਾ ਕਿ ਸ਼ਾਇਰ ਬੜੇ ਪਿਆਰੇ ਅੰਦਾਜ਼ ਮੇਂ ਕਹਤਾ ਹੈ ਵੇਖ ਲਈ ਫਰਿਸ਼ਤਿਆਂ ਹੱਸਣਾ ਹੈ ਅਗਲੀ ਬਾਤ ਕਰਦਾ ਹੈ ਪਰਾਂ ਜਾਣ ਦੇ ਕੀ ਹਿਸਾਬ ਕਰਨਾ ਹੈ ਪਰਾਂ ਜਾਣ ਦੇ ਕੀ ਹਿਸਾਬ ਕਰਨਾ ਹੈ ਕਿਉਂ ਕਿ ਮੀ ਰਹਿਮਤ ਦਾ ਫੇਰ ਜੋ ਵਸਣਾ ਹੈ ਔਰ ਕਰੀ ਹਸ਼ਰ ਤੇ ਵਿਚਨਾ ਨਸ਼ਰ ਮੌਲਾ ਕਰੀ ਹਸ਼ਰ ਤੇ ਵਿਚਨਾ ਨਸ਼ਰ ਮੌਲਾ ਕਿਹੜਾ ਅਸਗਰ ਨੇ ਤੇਰੇ ਤੋਂ ਨਸਣਾ ਹੈ ਕਿਹੜਾ ਅਸਗਰ ਨੇ ਤੇਰੇ ਤੋਂ ਨਸਣਾ ਹੈ ਅਬ ਇਹ ਤੋਂ ਥਾ ਉਸਕਾ ਸਵਾਲ ਇਹ ਉਸਕਾ ਸਵਾਲ ਥਾ ਅਬ ਜਵਾਬ ਦੇਖੀਏਗਾ ਔਰ ਜਵਾਬ ਸੁਣ ਕੇ ਹੱਥ ਨੀਚੇ ਨਹੀਂ ਰੱਖੀਏਗਾ ਜਿਸਕੋ ਲੁਤਫ ਆਏਗਾ ਵੋ ਤੋ ਹੱਥ ਵੀ ਬੁਲੰਦ ਕਰੇਗਾ ਸੁਭਾਨ ਅੱਲਾ ਵੀ ਕਹੇਗਾ ਇਹ ਉਸਕਾ ਸਵਾਲ ਥਾ ਅਬ ਜਵਾਬ ਕਿਆ ਆਤਾ ਹੈ ਰੱਬ ਕਵੇਗਾ ਸ਼ਾਇਰਾ ਚਲਿਆ ਸਜਾਦ ਭਾਈ ਰੱਬ ਕਵੇਗਾ ਸ਼ਾਇਰਾ ਚਲਿਆ ਓਏ ਇਕੱਠਾ ਕੀਤਾ ਨਹੀਂ ਤੁਹਾਨੂੰ ਮੀਜ਼ਾਨ ਲਈ ਰੱਬ ਕਵੇਗਾ ਸ਼ਾਇਰਾ ਚਲਿਆ ਓਏ ਇਕੱਠਾ ਕੀਤਾ ਨਹੀਂ ਤੁਹਾਨੂੰ ਮੀਜ਼ਾਨ ਲਈ ਨਾ ਰੁਕੂ ਲਈ ਨਾ ਸਜੂਦ ਲਈ ਨਾ ਸਲਾਤ ਜ਼ਕਾਤ ਆਜ਼ਾਨ ਲਈ ਰੱਬ ਕਵੇਗਾ ਸ਼ਾਇਰਾ ਚਲਿਆ ਇਕੱਠਾ ਕੀਤਾ ਨਹੀਂ ਤੁਹਾਨੂੰ ਮੀਜ਼ਾਨ ਲਈ ਨਾ ਰੁਕੂ ਲਈ ਨਾ ਸਜੂਦ ਲਈ ਨਾ ਸਲਾਤ ਜ਼ਕਾਤ ਆਜ਼ਾਨ ਲਈ ਓਏ ਇਸਤਕਬਾਲ ਕਰ ਮੈਂ ਤੇ ਸਦਿਆ ਏ ਤੁਹਾਨੂੰ ਆਪਣੇ ਅਰਬੀ ਮਹਿਮਾਨ ਇਸਤਕਬਾਲ ਕਰ ਮੈਂ ਤੇ ਸਦੇ ਆਏ ਇਸਤਕਬਾਲ ਕਰ ਮੈਂ ਤੇ ਸਦੇ ਆਏ ਤੁਹਾਨੂੰ ਆਪਣੇ ਅਰਬੀ ਮਹਿਮਾਨ ਲਈ ਆਲਾ ਹਜ਼ਰਤ ਕੇ ਛੋਟੇ ਮਾਈ ਮਾਮ ਹਸਨ ਰਜ਼ਾ ਬਰੇਲਵੀ ਨੇ ਵੀ ਕਹਾ ਥਾ ਫਕਤ ਇਤਨਾ ਸਬਬ ਹੈ ਇਨ ਇਕਾਦੇ ਬਸਮੇ ਮਹਿਸ਼ਰ ਕਾ ਫਕਤ ਇਤਨਾ ਸਬਬ ਹੈ ਇਨ ਇਕਾਦੇ ਬਸਮੇ ਮਹਿਸ਼ਰ ਕਾ ਕਿ ਉਨਕੀ ਸ਼ਾਨੇ ਮਹਿਬੂਬੀ ਦਿਖਾਈ ਜਾਣੇ ਵਾਲੀ ਹੈ ਕਿ ਉਨਕੀ ਸ਼ਾਨੇ ਮਹਿਬੂਬੀ ਦਿਖਾਈ ਜਾਣੇ ਵਾਲੀ ਹੈ।